ये तो चल काम निपट गया, जब आग जा देगा उठ के ना पता नहीं। ਨਾਲੇ ਤੂੰ ਕੋਈ ਕੰਮ ਧੰਦਾ ਦੇਖ ਲੈ, ਸਾਰਾ ਦਿਨ ਪਿਆ ਰਹਿਣਾ ਮੰਜੇ ਤੇ। ਉਹ ਦੇਖ ਲੂੰ ਬਾਪੂ, ਮੈਨੂੰ ਤੇਰਾ ਸੁੱਖ ਕੀ ਹੈ, ਐਡਾ ਵੱਡਾ ਹੋ ਗਿਆ ਕਿੰਨਾ ਕੁ ਚਿਰ ਕਰੀ ਜਾਊਂਗਾ ਹੁਣ ਮੈਂ। ਕੋਈ ਨਹੀਂ, ਨਾਲੇ ਹਲੇ ਤੇਰਾ ਵਿਆਹ ਵੀ ਕਰਨਾ, ਉਹਦੀ ਟੈਨਸ਼ਨ ਹੋ ਰਹੀ ਹੈ ਮੈਨੂੰ ਤਾਂ। ਲੈ ਮੈਨੂੰ 1000 ਰੁਪਏ ਦੇ, ਮੈਂ ਪਾਰਟੀ ਕਰਨੀ ਜਾ। ਰੋਜ਼ ਮੰਗ ਲੈਣਾ ਪੈਸੇ। ਉਹ ਦੇ ਦੇ ਬਾਪੂ, ਕਿਉਂ ਕਰਦਾ ਮੈਂ ਯਾਰ, ਮੈਂ ਨਹੀਂ ਦਿੰਦਾ ਹੈਗਾ। ਨਾ ਦੇ ਦੇ ਮਰੇ ਯਾਰ, ਨਹੀਂ ਕੀ ਕਰੇਗਾ, ਪਾਰਟੀ ਕਰਨੀ ਹੈ। दे दे देनु रोज 1000 रुपया काम करदा नहीं हैगा। कोने लग जाए काम भी। आहो लग गया, तू देखे बल टाइम नाल करे आ जा कर। आहो बार अद्धी रात नु आना करे। आन नु कोई नहीं, हुण तां इसदी टेंशन लगी पई है, पता नहीं इहदा ब्याह होऊगा पता नहीं, ना काम करदा नहीं हैगा। ਨੱਲੇ ਬਾਰੇ ਦੇਖ ਰਿਹਾ ਤੂੰ। ਯਾਰ ਘਰੇ ਵੀ ਨਹੀਂ ਜੀ ਲੱਗਦਾ, ਮਿਸਤਰੀ ਲੱਗ ਰਿਹਾ ਉਹਦੇ ਕੋਲੇ ਮਾਰ ਕੇ ਆਣਿਆ ਗੱਲਾਂ ਤੋਂ ਉੱਤਰਨ। ਹੋਰ ਮਿਸਤਰੀ ਕੀ ਹਾਲ ਹੈ? ਠੀਕ ਠਾਕ ਵੀ ਬੋਲ ਰਿਹਾ। ਉਹਦੇ ਯਾਰ ਕਿਵੇਂ ਟੈਨਸ਼ਨ ਜੀ ਚ ਬੈਠਾ? ਟੈਨਸ਼ਨ ਦੀ ਗੱਲ ਇਹ ਸੁਣ ਲੈ ਯਾਰ, ਹਾਂ ਹੁਣ ਜਾਇਦਾਦ ਦਾ ਜ਼ਮੀਨੀ ਘਾਟਾ ਹੈਗਾ ਫੁੱਲ ਹੈ, ਮੁੰਡੇ ਦਾ ਸਾਕ ਫੇੜ ਵੀ ਨਹੀਂ ਹੁੰਦਾ ਯਾਰ, ਪਤਾ ਨਹੀਂ ਕੀ ਗੱਲ ਹੋ ਰਹੀ ਹੈ। ਤੂੰ ਐਂ ਕਰ ਯਾਰ, ਸਾਡੇ ਪਿੰਡ ਨਾਲ ਰੂਪ ਬਤੂਲਾ ਉਹਦੇ ਕੋਲ ਮਿਲਿਆ, ਉਹ ਅੜੇ ਗੱਡੇ ਕਰਦਾ। ਮੈਂ ਤਾਂ ਭੁੱਲੇ ਗਿਆ ਤੇ ਯਾਰ, ਮੱਤ ਮਾਰ ਕੇ ਟੈਨਸ਼ਨ ਟੈਨਸ਼ਨ ਜੇ ਮੁੰਡੇ ਦੇ ਸਾਕ ਨੇ ਦਾ ਯਾਰ। ਨਾ ਉਹ ਤਾਂ ਅੜੇ ਅੱਡੇ ਕਰਦਾ ਯਾਰ। ਅੱਛਾ, ਕਿੱਥੇ ਮਿਲੂਗਾ ਉਹ ਹੁਣ ਮੈਨੂੰ? ਉਹ ਯਾਰ ਇੱਧਰ ਨੂੰ ਨਾ ਗੁਰਦੁਆਰਾ ਯਾਰ, ਉਹਦੇ ਲਵੇ ਘਰ ਆ। ਠੀਕ ਹੈ, ਹਾਂ ਪਰ ਮੈਨੂੰ ਜਾਣ ਦੇ, ਉਸੇ ਕੋਲ ਜਾਣ ਦੇ ਪਹਿਲਾਂ ਕੰਮ ਕਰਦਾ। ਹੋਰ ਕੰਮ ਤਾਂ ਚੱਲ ਮੈਂ ਬਾਅਦ 'ਚ ਕਰਿਆ, ਪਹਿਲਾਂ ਰੂਪ ਪਚੋਲੇ ਨੂੰ ਮਿਲ ਕੇ ਆਣ ਦੇ। ਹੋਰ ਵੀ ਗੋਦੂ ਸਿਆ ਠੀਕ ਹੈ? ਠੀਕ ਹੈ, ਤੂੰ ਦੱਸ ਰੂਪ ਸਿਆ? ਠੀਕ ਹੈ ਵਧੀਆ, ਹੋਰ ਤੇਰੇ ਪਰਿਵਾਰ ਸੁੱਖ ਹੈ? ਠੀਕ ਹੈ, ਤੂੰ ਦੱਸ ਪਰਿਵਾਰ ਕਿਵੇਂ ਹੈ? ਠੀਕ ਹੈ ਵਧੀਆ, ਮੌਜ ਹੈ। ਹੋਰ ਦਾ ਕੰਮ ਆਇਆ ਜੀ ਤੇਰੇ ਤੱਕ? ਦੱਸੋ, ਜਾਂ ਪੁੱਤ ਚੇਅਰ ਲੈ ਕੇ ਆ। ਮੇਰਾ ਮੁੰਡੇ ਦੇ ਸਾਕ ਬਾਰੇ ਆਇਆ ਸੀ ਜੇ ਕੋਈ ਹੈਗੇ ਕੁੜੀ। ਅੱਛਾ, ਹਾਂ ਕੀ ਕਰਦਾ ਮੁੰਡਾ? ਕਰਦਾ ਤਾਂ ਕੁਛ ਨਹੀਂ, ਬਸ ਖੇਤੀ ਕਰਦਾ ਯਾਰ। ਅੱਛਾ, ਜ਼ਮੀਨ ਜ਼ਮੂਨ? ਜ਼ਮੀਨ 5 ਕਿੱਲੇ ਆਂਦੇ ਨੇ ਜ਼ਮੀਨ ਤੇ। ਅੱਛਾ, ਟਰੈਟ ਹੈ ਵਧੀਆ। ਠੀਕ ਹੈ, ਹਾਂ ਮੁੰਡਾ ਕੋਈ ਕੰਮ ਕਰਦਾ ਨਹੀਂ? ਨਾ ਕੋਈ ਨਹੀਂ ਕਰਦਾ, ਖੇਤੀ ਕਰਦਾ ਤਾਂ ਗੱਲਾਂ। ਅੱਛਾ ਚਲੋ ਦੇਖ ਲਾਂ, ਕੋਈ ਨਹੀਂ ਹੈਗਾ ਮੇਰੀ ਨਿਗਾਹ 'ਚ ਰਿਸ਼ਤਾ। ਮੰਗ ਮੁੰਗ ਫਿਰ ਆਪਣੀ? ਨਾ ਮੰਗ ਮੁੰਗ ਕੋਈ ਨਹੀਂ ਹੈਗੀ। ਦੇਖ ਯਾਰ ਗੋਦੂ ਸਿਆ, ਗੱਲ ਹੈ ਜੇ ਕੋਈ ਗੱਲਬਾਤ ਹੈਗੀ ਹੈ, ਮੰਗ ਲੈਣ ਦੇਣ ਦੀ ਗੱਲ ਹੁਣ ਕਲੀਅਰ ਹੋ ਜੇ, ਠੀਕ ਹੈ ਨਾ, ਬਾਅਦ 'ਚੋਂ ਰੌਲੇ ਪੈਂਦੇ ਫਿਰਦੇ ਨੇ, ਗੱਲਾਂ ਚੰਗੀਆਂ ਨਹੀਂ ਹੁੰਦੀਆਂ। ਜੇ ਤੇਰੇ ਮਨ 'ਚ ਕੋਈ ਗੱਲ ਹੈਗੀ ਹੈ ਤਾਂ ਦੱਸ ਦੇ। ਨਾ ਮਨ 'ਚ ਤਾਂ ਕੋਈ ਗੱਲ ਨਹੀਂ, ਤੂੰ ਰਿਸ਼ਤਾ ਦੇਖ, ਮੰਗਣੀ ਹੈਗੀ ਸਾਡੀ ਕੋਈ ਵੀ? ਠੀਕ ਹੈ, ਹਾਂ ਕੋਈ ਨਹੀਂ ਹੈਗਾ ਮੇਰੀ ਨਿਗਾਹ 'ਚ ਇੱਕ ਰਿਸ਼ਤਾ, ਠੀਕ ਮੈਂ ਕਰੂੰਗਾ ਉਹਨਾਂ ਨਾਲ ਗੱਲ, ਫਿਰ ਦੱਸੂੰਗਾ ਤੈਨੂੰ। ਮੈਨੂੰ ਸੁਨੇਹਾ ਭੇਜਦੀ ਫਿਰ? ਕੋਈ ਨਹੀਂ, ਮੈਂ ਜ਼ਰੂਰ ਤੈਨੂੰ ਫੋਨ ਕਰੂੰਗਾ ਮੈਂ। ਅੱਛਾ, ਹਾਂ ਚੰਗਾ, ਫਿਰ ਜੇ ਉਧਰੋਂ ਬਣ ਗਿਆ ਕੰਮ ਤਾਂ ਦੇਖਦਾ ਵੀ, ਮੈਂ ਤੈਨੂੰ ਦੱਸੂੰਗਾ। ਠੀਕ ਹੈ, ਠੀਕ ਹੈ, ਹੋਰ ਬਸ ਚੰਗਾ, ਫਿਰ ਇਹੀ ਕੰਮ ਆਏ ਦੀਆਂ। ਕੋਈ ਗੱਲ ਨਹੀਂ, ਜ਼ਰੂਰ ਕਰੂੰਗਾ ਮੈਂ, ਜਾਣਾ ਬਸ ਉਧਰ ਆ ਕੇ ਦੇਖ ਕੇ ਆਉਣਾ ਪ੍ਰੋਗਰਾਮ। ਠੀਕ ਹੈ, ਚੰਗਾ, ਹਾਂ। ਕਰਤਾਰ ਸਿੰਘ,
हाँ जी आ जाओ जी, बार खुली है, अंदर आ जाओ। करियो भाई पिछे अपनी गल चली थी गुड़िया दे रिश्ते बारे। अच्छा, वो मेरे रिश्ता आया थी ध्यान च मिलिया जी कल कोई बंदा, मैं क्या चल देख लेने अपनी जो संजोग मिले हुए बच्चों के रोटी टुक का बहुत औखा हो पा देख लगे ठीक लगे। हां बाकी जवाखा कर लो सलाह। होर मुंडा किधर आ रहा जी? मुंडा उरी है, बुला लेने बुला लो जी। जी ता हां बापू जी आ गया जी, आ गया आ गया। ਅਸਿਕਾਲ ਜੀ। ਅਸਿਕਾਲ ਜੀ, ਹੋ ਠੀਕ ਹੋ ਜੀ? ਠੀਕ ਹੈ ਜੀ, ਵਧੀਆ। ਕਿਵੇਂ ਆਉਣੇ ਹੋਏ? ਭਾਈ ਆਪਣਾ ਰਿਸ਼ਤੇ ਕਰਾਉਂਦਾ ਹੈ, ਪਹਿਲਾਂ ਗੱਲਬਾਤ ਚੱਲੀ ਹੈ ਆਪਣੀ। ਅੱਛਾ ਬਾਪੂ ਜੀ, ਇਹ ਕਹਿੰਦਾ ਵੀ ਮੁੰਡੇ ਨੂੰ 5 ਕਿੱਲੇ ਜ਼ਮੀਨ ਦੇ ਆਉਂਦੇ ਨੇ। ਹਾਂਜੀ, ਕੋਈ ਮੰਗ ਕੋਈ ਉਹਨਾਂ ਦੀ ਹੈ ਨਹੀਂ। ਠੀਕ ਹੈ ਫਿਰ, ਜਿਵੇਂ ਤੁਹਾਨੂੰ ਠੀਕ ਲੱਗਦਾ, ਜ਼ਮੀਨ ਤਾਂ ਠੀਕ ਹੈ, ਪਰ ਅਤੇ ਹੋਰ ਮੁੰਡਾ ਨਸ਼ੇ ਪੱਤੇ ਨਾ ਕੋਈ ਕਰਦਾ ਹੋਵੇ। ਨਸ਼ੇ ਪੱਤੇ ਦੀ ਜ਼ਿੰਮੇਵਾਰੀ ਭਾਈ ਮੇਰੀ ਹੈ, ਫੁੱਲ ਗਰੰਟੀ ਹੈ, ਇਹੀ ਤੁਹਾਡੀ ਧੀ ਹੋਈ, ਇਹੀ ਜੀ ਮੇਰੀ ਹੋਈ। ਅੱਛਾ ਜੀ, ਨਾ ਹੋਰ ਤਾਂ ਦੇਖੋ ਜੀ, ਉਹ ਤਾਂ ਮਾੜੇ ਥੋੜ੍ਹੀ ਤੁਹਾਨੂੰ ਪੜਾਉਂਦਾ ਹੈਗਾ, ਬਾਕੀ ਤੁਹਾਡੀ ਇੱਛਾ ਤੁਹਾਨੂੰ ਦਿਖਾ ਲਊਂਗਾ, ਜੇ ਤੁਹਾਨੂੰ ਫਿੱਟ ਲੱਗੂਗਾ ਤਾਂ ਦੇਖ ਲਿਓ, ਨਹੀਂ ਆਪਾਂ ਹੋਰ ਦੇਖ ਲਾਂਗੇ। ਬਾਕੀ ਮੇਰੇ ਹਿਸਾਬ ਨਾਲ ਰਿਸ਼ਤਾ ਸਹੀ ਹੈ ਜੀ। ਤੂੰ ਬਈ ਆਪਣੀ ਤਸੱਲੀ ਕਰ ਲਈ ਸਮਾਰ ਕੇ, ਕੋਈ ਨਸ਼ਾ ਪੱਤਾ ਨਾ ਮੁੰਡਾ ਕਰਦਾ ਹੋਵੇ। ਨਾ ਨਾ, ਉਹਦੀ ਆਪਣੀ ਫੁੱਲ ਗਰੰਟੀ ਹੈ ਜੀ, ਕੋਈ ਆਪਦਾ ਸਮਾਰ ਕੇ ਪੁੱਛ ਨਹੀਂ ਜਮਾ, ਐਨ ਤਸੱਲੀ ਹੈ ਜੀ। ਮੈਂ ਆਪਾਂ ਕੱਲ ਚੱਲਾਂਗੇ, ਦੇਖ ਆਵਾਂਗੇ। ਕੋਈ ਨਹੀਂ, ਫਿਰ ਜੇ ਤੁਹਾਡੀ ਹਾਂ ਜੀ, ਜਵਾਖਾਂ ਨੂੰ ਪੁੱਛ ਲਿਓ, ਸਲਾਹ ਕਰਕੇ ਮੈਨੂੰ ਦੱਸ ਦਿਓ, ਫਿਰ ਆਪਾਂ ਕੱਲ ਦੀ ਰੱਖ ਲਾਂਗੇ, ਲੇਟ ਨਹੀਂ ਕਰਨਾ ਕੰਮ। ਨਾ ਕੋਈ ਗੱਲ ਨਹੀਂ, ਆਪਾਂ ਜਾ ਆਵਾਂਗੇ ਦੇਖ ਕੇ, ਫਿਰ ਆਪਾਂ ਜੇ ਠੀਕ ਲੱਗੇ ਆਪਾਂ ਨੂੰ ਕਰ ਲਾਂਗੇ, ਬੰਦੇ ਠੀਕ ਲੱਗੇ ਆਪਾਂ। ਠੀਕ ਹੈ ਜੀ। ਅਮਨਾ ਚਾਹ ਬਣਾ ਪੁੱਤ, ਦੋ ਤਿੰਨ ਕੱਪ, ਤਿੰਨ ਕੱਪ ਚਾਹ ਦੇ ਬਣਾ ਲੈ ਪੁੱਤ। ਹਾਂ ਲਿਆਓ ਬਣਾ ਕੇ। ਜੀਤ ਪੁੱਤ ਕੱਲ ਨੂੰ ਕੰਮ ਤਾਂ ਤੈਨੂੰ ਕੋਈ ਨਾ ਬਾਪੂ ਜੀ, ਕੰਮ ਤਾਂ ਕੋਈ ਨੀ, ਕੱਲ ਨੂੰ ਫਿਰ ਆਪਾਂ ਜਾ ਆਈਏ, ਰਿਸ਼ਤਾ ਦੇਖ ਆਉਂਦੇ। ਜਾ ਆਉਂਦੇ ਕੋਈ ਗੱਲ ਨੀ, ਠੀਕ ਹੈ ਫਿਰ। ਸਾਰਾ ਅੱਜ ਵੱਢ ਲਿਆ ਫਿਰ ਤੂੰ ਕੱਲ ਵਾਲਾ ਆਪਣਾ ਵੱਢ ਲਿਆਉਣੇ ਜੀ, ਅੱਜ ਕੱਲ ਨੂੰ ਬਾਅਦ ਚੱਲਦੇ, ਕੋਈ ਗੱਲ ਨੀ। ਕਿਉਂ ਫਿਰ ਕੱਲ ਨੂੰ ਫਿਰ? ਠੀਕ ਹੈ ਜੀ, ਸ਼ੁਭ ਕੰਮ 'ਚ ਦੇਰੀ ਕਿਸ ਗੱਲ ਦੀ? ਹਾਂ ਫੋਨ ਕੱਲ ਨੂੰ ਸਵੇਰੇ, ਠੀਕ ਹੈ ਜੀ, ਕੱਲ ਨੂੰ ਫਿਰ ਵਾਪਸ ਚੱਲਦੇ ਆਪਾਂ, ਦੇਖ ਆਉਂਦੇ ਚੱਲ ਕੇ। ਹਾਂ ਜੀ ਹਾਂ, ਬਾਕੀ ਨੰਬਰ ਤੁਹਾਡੇ ਕੋਲ ਮੇਰਾ ਹੈਗਾ ਹੀ ਹੈ, ਹਾਂ ਫੋਨ ਕਰਕੇ ਆ ਜਿਓ, ਆਪਾਂ ਚੱਲੇ ਆਵਾਂਗੇ ਜੀ। ਚਲੋ ਠੀਕ ਹੈ ਜੀ ਸਰਦਾਰ ਜੀ, ਠੀਕ ਹੈ, ਚੱਲਦੇ ਆ, ਕੱਲ ਨੂੰ ਟਾਈਮ ਨਾਲ ਆ ਜਿਓ ਜੀ। ਕੋਈ ਨਹੀਂ, ਅਸੀਂ ਫੋਨ ਕਰ ਲਾਂਗੇ, ਟਾਈਮ ਨਾਲ ਹੀ ਆਵਾਂਗੇ। ਠੀਕ ਹੈ ਜੀ, ਠੀਕ ਹੈ। हेलो, कौन जी? सत श्रीकाल जी, कौन? मैं करा मेरे बापू ने गल जी, बापू रूप का फोन आया। हेलो, सत श्रीकाल रूप जी। हाँ घर ही आ सी दो बापू, आ जाओ, कोई ना आ जाओ, आ जाओ, ठीक है, चंगा। ਤੂੰ ਬਾਹਰ ਨਾ ਜਾਈ, ਕਰੀ ਨਹੀਂ ਨਾਲੇ, ਕੀ ਕਰਨਾ ਹੈ? ਤੈਨੂੰ ਦੇਖਣ ਵਾਲੇ ਆਣਗੇ ਨਾਲੇ। ਅੱਛਾ ਚੱਲ ਠੀਕ, ਕੋਈ ਨਹੀਂ ਭਰਾ, ਪੂਰੀਆਂ। ਚੰਗਾ ਚੰਗਾ। ਦੇਖੋ ਜੀ ਆ ਘਰ ਵਾਰਾ ਬੰਦੇ ਦਾ।
पिकर पुत पानी दे के आई लो जी सरदार जी आया मुंडा दो मुंडे का प्यो है जे कोई पूछना किछना तुसी ने पूछ सकदे की काम कर करदा जी मुंडा खेती करदा जी खेती पत्ती करदा हां बढ़िया बढ़िया करना भाई कर लेना 10 पुत 20 एकड़ भी है 20 एकड़ हां जी खेती पत्ती करदा हां खेती करदा ठीक और जमीन मेरे को मिल रहा 5 किलो जमीन 5 किलो हां जी ਸਰ ਬਹੁਤ ਪਾਣੀ ਦੇ ਆ ਜੀ ਚੱਲੀਆਂ ਨੇ ਬਜੇ ਸਰੀ ਜਾਂਦੇ ਹੋਰ ਕੋਈ ਡਿਮਾਂਡ ਕੋਈ ਮੰਗ ਖੰਗ ਨਾ ਕੋਈ ਮੰਗ ਨਹੀਂ ਜੇ ਕੋਈ ਹੈ ਤਾਂ ਦੱਸ ਦੋ ਨਾ ਇਹ ਵੀ ਮੈਂ ਛੋਟੇ ਦਿਨ ਅੱਜ ਕੋਈ ਚਾਹਣਾ ਜੀ ਲੈਣ ਦੇ ਬਾਰੇ ਤਾਂ ਦੱਸ ਸਕਦੇ ਹੋ ਐਂ ਵੀ ਗੱਲ ਪਹਿਲਾਂ ਕਲੀਅਰ ਹੋ ਜੇ ਠੀਕ ਹੈ ਰੋਟੀ ਟੁੱਕ ਦੇ ਔਖਾ ਹੋਇਆ ਵੀ ਹਾਂ ਕੱਲ ਨੂੰ ਫਿਰ ਵੀ ਹੋ ਜੇ ਫਾਇਦਾ ਨਹੀਂ ਸਰ ਕੁੜੀ ਨੂੰ ਜਿਆਦਾ ਦਾਨ ਕਰ ਸਕਦੇ ਆ ਹਾਂ ਜੀ ਸਭ ਤੋਂ ਹੋਰ ਦੱਸ ਦੋ ਵੀ ਜੇ ਕੋਈ ਮੰਗ ਹੈ ਤੁਹਾਡੀ ਭਈ ਸਾਨੂੰ ਹੁਣ ਦੱਸ ਦੋ ਅੱਜ ਅੱਜ ਤਾਂ ਆਪਾਂ ਬੈਠੇ ਆ ਨਾ ਆਪਣੇ ਨਾਲ ਕੋਈ ਮੰਗ ਨਹੀਂ ਹਾਂ ਜਿੰਨਾ ਕੁ ਸਾਥੋਂ ਸਰੂ ਅਸੀਂ ਕਰ ਦਾਂਗੇ ਵੀ ਮਤਲਬ ਮੰਗ ਠੰਗ ਤਾਂ ਨਹੀਂ ਫਿਰ ਤੋਂ ਦੇ ਸਕਦੇ ਨਾ ਆਪਣਾ ਕੋਈ ਮੰਗ ਹੀ ਨਹੀਂ ਹੁੰਦੀ ਕੁੜੀ ਦੇ ਦਾਨ ਕਰ ਸਕਦੇ ਵੱਡੀ ਵੱਡੀ ਗੱਲ ਹੈ ਨਾ ਠੀਕ ਹੈ ਨਾ ਠੀਕ ਕੁੜੀ ਦੀ ਗਾਰੰਟੀ ਹੈ ਕੁੜੀ ਮੇਰੀ ਦੇਖੀ ਭਾਲੀ ਹੈ ਕੰਮ ਕਰ ਚ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਸਾਰਾ ਏ ਟੂ ਜ਼ੈਡ ਘਰ ਦਾ ਕੰਮ ਕਰੂਗੀ ਠੀਕ ਹੈ ਪੜ੍ਹੀ ਲਿਖੀ ਹੈ ਜੀ ਘਰ ਦਾ ਕੰਮ ਰੋਟੀ ਟੁੱਕ ਦਾ ਸਾਰਾ ਚੁੱਲ੍ਹੇ ਦਾ ਉਹੀ ਕਰਦੀ ਹੈ ਕੁੜੀ ਸਾਡੀ ਠੀਕ ਹੈ ਜੀ ਹਾਂ ਜੀ ਬਸ ਕੰਮ ਹੀ ਆਪਣਾ ਕੰਮ ਹੀ ਚਾਹੀਦੀ ਬਸ ਕੰਮ ਕਰਨੀ ਤੁਹਾਨੂੰ ਕੋਈ ਕੰਪਲੇਂਟ ਨਹੀਂ ਉਹਦੀ ਜ਼ਿੰਮੇਵਾਰੀ ਮੇਰੀ ਹੈ कपड़े पूरी तोर दो अपनी फुल जिम्मेवारी है ਇਹ ਤਾਂ ਚਲੋ ਮੁੰਡਾ ਰਿਸ਼ਤੇ ਉਸਤੇ ਕਰਵਾ ਰਿਹਾ ਨਾ ਸਾਡੀ ਗੱਲਬਾਤ ਜਿਹੜੀ ਚੱਲਦੀ ਰਹਿੰਦੀ ਹੈ ਰੂਪ ਨਾਲ ਨਾ ਠੀਕ ਹੈ ਇਹਨੇ ਸਾਨੂੰ ਦੱਸ ਪਾਈ ਅਸੀਂ ਆਖਿਆ ਵੀ ਚਲੋ ਕੋਈ ਆਪਾਂ ਗੱਲ ਚੱਲਦੇ ਹਾਂ ਦੇਖ ਲਈ ਜਾ ਕੇ ਵੀ ਆਪਾਂ ਨੂੰ ਠੀਕ ਲੱਗਿਆ ਜਦੋਂ ਆਪਾਂ ਗੱਲਬਾਤ ਕਰ ਲਾਂਗੇ ਚਲੋ ਜੀ ਤੋਂ ਇਤਰਾ ਸਹਿਮਤ ਹੋ ਸਹਿਮਤ ਨੇ ਕਰਦੇ ਰਿਸ਼ਤਾਰਾਂ ਨੂੰ ਕਰਦੇ ਲਓ ਜੀ ਜੇ ਕੋਈ ਤੁਹਾਨੂੰ ਕੋਈ ਗੱਲਬਾਤ ਵੀ ਤੁਸੀਂ ਸਾਡੀ ਤਸੱਲੀ ਕਰਨੀ ਹੈ ਤਾਂ ਤਸੱਲੀ ਹੈ ਟਾਈਮ ਦੇ ਦੇਣਾ ਕੋਈ ਗੱਲ ਨਹੀਂ ਤਸੱਲੀ ਕਰੋ ਜਿੱਥੇ ਮਰਜ਼ੀ बाद ਜਾ ਪੁੱਤ ਐ ਕਰਾ ਖੇਤ ਲੈ ਢਾਰੀ ਉਹਨੂੰ ਜਾਂ ਖੇਤ ਕਿਹੜਾ ਮਾਰਿਆ ਈ ਕੋਈ ਜਾਂਦਾ ਬੱਬੂ ਹਾਂ ਚਾਹ ਪੀ ਕੇ ਕਿਹੜਾ ਮਾਰਿਆ ਚੰਗਾ ਕਾਕੇ ਗੋਦੂ ਵਾਲੇ ਵੀਕਰ ਦਾ ਵਿਆਹ ਹੋ ਗਿਆ ਅੱਛਾ ਯਾਰ ਅਰੇ ਕੀ ਨੇ ਕੁੜੀ ਦੇਤੀ ਬਈ ਕੁੜੀ ਦਾ ਦੇਤੀ ਅੱਛਾ ਉਹਦਾ ਘਰ ਕਿਵੇਂ ਬਸ ਗਿਆ ਯਾਰ ਓਏ ਆਪਣਾ ਤਾਂ ਨਹੀਂ ਬਸਿਆ ਬਸਣ ਉਹਦਾ ਵੀ ਨਹੀਂ ਦੇਣਾ ਫੋਨ ਲਾ ਯਾਰ ਤੂੰ ਉਹਨੂੰ ਹੁਣੇ ਲਾਉਣਾ ਬਈ ਮੈਂ ਉਹਨੂੰ ਹੁਣੇ ਮਾਰਦਾ ਉਹਦੇ ਟੀਕਾ ਹੁਣੇ ਆਊਗਾ
हेलो भाई बीकर की हाल ने। मैं तो ठीक हाँ भाई। आप मोटर ते बैठे थी अपनी ते आया पार्टी शार्टी करांगे भाई। सुनया ब्याह हो गया तेरा। किन्ने के टाइम तक पहुंचेगा? ठीक है भाई आ जा छेती बैठे हैं उरे। ठीक है ले भाई आ रहा। चल आ जूगा बोतल मंगा लियो। कर दे काम ओदा। तेरा अमली जी की कहन गई? ओए अभी अमली हो। और ठीक है ठीक है। आ रहा भाई विक्र की हाल ने भरावा। ना परा रास्ता भैया। और भरा ब्याह करा लिया भाई ने। ओए हो रे यार। और परजाई की ले आई है भाई। है की ले आई है परजाई तेरे वास्ते? ओ बस आई बट बुड्ढे जेड़े हुंदे ने ਚੀਜ ਦੀ ਗੱਲ ਕਰ ਵੀ ਰੇ। ਦਾਜ ਤਾਂ ਹਰੇਕ ਦਿੰਦਾ। ਉਹ ਮੇਰਾ ਬਾਪ ਨੀ ਮੰਨਿਆ। ਮਨਾ ਬਾਪ ਨੂੰ। ਬਾਪ ਤੋਂ ਤਾਂ ਕੀ ਲੈਣਾ? ਕੁੜੀ ਨੂੰ ਕਹਿ ਕੁੜੀ ਮੰਗਾਊਗੀ। ਬੋਲਟ ਬਾਲਟ ਲਿਆ ਬਾਈ। चल पर मैं देख दज करा और पैग पुग लाने। बस भाई तू दस की सेवा करिए साडे भाई दा ब्याह। बस मैं तो पहली ओके आउंदा। रंग ला दे भाई रब ने। बड़े हो जाके फिर अपना रंग लावे छेती। हां तूनू बखुआ दे रब। चंगा फिर चल ठीक है भाई। देखना फिर पोटे दा ला भी एदे ता मैं तेरा लागी जोका। हां भाई एहे जे सहाब नाल दवाई धरी है ना करे जान सारे कलेश पे आ ले। बोल्ट ता छट तू मिले ना मिले जदो अपना नहीं होया एदा कित्थो होण दे दिए कुछ लैदा ता घर फटया गया। हां तू यार अपने समान दी गौर कर। ओ करा गए। हां यार भैन अमली ने गल ता सही करी है यार। अमली लांबा दे सकदे ने अब पिंड च दूगा कोई ऐ नहीं सकदा। बिकरा बोल्ट ता लेनी पऊ अज करदे आ कटाई अगे दी अज। मेनू नी पता है अंदर पुछ लै जे लिया के दे दूंगी। बोल्ट लिया। बोल्ट मैं लेके आवां। और कौन ले गया? उदो तो तुसी कहंदे सी साडी कोई मंग नहीं हैगी। मैंने पता है मेरे बुढ़े ने कहा है मेरे बाप ने। फिर ਤੁਸੀਂ ਪਹਿਲਾਂ ਦੱਸਣਾ ਸੀਗਾ। ਦੱਸੋ ਨਾ ਮੈਨੂੰ ਪਤਾ ਨਹੀਂ ਮੈਂ ਤਾਂ ਮਰਦਾ ਨਹੀਂ ਆਪਦੇ ਪੇਕੇ ਫੋਨ ਕਰ। ਮੈਂ ਤਾਂ ਬੋਟ ਚਾਹੀਦਾ। ਤੁਸੀਂ ਐਂਗਾ ਤਾਂ ਕਹਿੰਦੇ ਹੋ ਤੇ ਉਦੋਂ ਤੋਂ ਤੁਸੀਂ ਕਹਿੰਦੇ ਸੀ ਸਾਡੀ ਕੋਈ ਮੰਗ ਨਹੀਂ ਹੈਗੀ। ਮੈਨੂੰ ਮਾਰਾ ਫੋਨ ਕਰ ਦਿਆ ਤਾਂ ਹੁਣ ਬੁਲਟ
ਤੇ ਨਾਲੇ ਅੱਜ ਮੈਨੂੰ ਕੁੱਟਿਆ ਵੀ ਇਹਨਾਂ ਨੇ। ਹਾਂਜੀ ਵੀਰੇ ਠੀਕ ਆ। ਕੱਟ।